ਭਾਵੇਂ ਕਿ ਆਮ ਆਦਮੀ ਪਾਰਟੀ ਨੇ 4 ਵਿਧਾਨ ਸਭਾ ਸੀਟਾਂ ਉੱਤੇ ਆਪਣੀ ਜ਼ਮਾਨਤ ਜ਼ਬਤ ਕਰਵਾ ਲਈ ਹੈ ਪਰ ਆਮ ਆਦਮੀ ਪਾਰਟੀ ਵੱਲੋਂ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਇੱਕ ਨਵਾਂ ਬਿਆਨ ਦੇ ਦਿੱਤਾ ਹੈ ਹਰਪਾਲ ਸਿੰਘ ਚੀਮਾ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ 2 ਵਿਧਾਨ ਸਭਾ ਹਲਕਿਆਂ ਵਿੱਚ ਮਜ਼ਬੂਤ ਹੋਈ ਹੈ ਹਰਪਾਲ ਸਿੰਘ ਚੀਮਾ ਮੁਤਾਬਕ ਲੋਕ ਸਭਾ ਦੇ ਮੁਕਾਬਲੇ ਉਹਨਾਂ ਨੂੰ ਵਿਧਾਨ ਸਭਾ ਦੀਆਂ 2 ਸੀਟਾਂ ਉੱਤੇ ਵਧੀਆ ਵੋਟਾਂ ਮਿਲੀਆਂ ਨੇ ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਆਪਣੀ ਹਾਰ ਨੂੰ ਛਪਾਉਂਦੀ ਹੋਈ ਦਿਖਾਈ ਦੇ ਰਹੀ ਹੈ ਨਾਲ ਹੀ ਹਰਪਾਲ ਸਿੰਘ ਚੀਮਾ ਨੇ ਇਹ ਵੀ ਆਖਿਆ ਕਿ ਆਉਣ ਵਾਲੇ ਸਮੇਂ ਵਿੱਚ ਕੋਰ ਕਮੇਟੀ ਦੀ ਬੈਠਕ ਵੀ ਬੁਲਾਈ ਜਾਏਗੀ ਜਿਸ ਦੇ ਵਿੱਚ ਹੋਈ ਇਸ ਹਾਰ ਨੂੰ ਵਿਚਾਰਿਆ ਜਾਏਗਾ ਅਤੇ ਇਹ ਵੀ ਤੈਅ ਕੀਤਾ ਜਾਏਗਾ ਕਿ ਕਿੰਨਾਂ ਦੀ ਗਲਤੀ ਨਾਲ ਆਮ ਆਦਮੀ ਪਾਰਟੀ ਦਾ ਇਹ ਨੁਕਸਾਨ ਹੋਇਆ ਹੈ ਇੱਥੇ ਕੀ ਆਖਿਆ ਹਰਪਾਲ ਸਿੰਘ ਚੀਮਾ ਨੇ ਤੁਸੀਂ ਆਪ ਹੀ ਦੇਖ ਲਓ ਦੇਖੋ ਬਿਲਕੁਲ ਜਿਹੜੇ ਹੈਗੇ ਨੇ ਆਮ ਆਦਮੀ ਪਾਰਟੀ ਦੀ ਜਿਹੜੀ ਆ ਆਸ ਦੇ ਮੁਤਾਬਕ ਰਿਜ਼ਲਟ ਨਹੀਂ ਆਏ ਹੈਗੇ ਆਮ ਆਦਮੀ ਪਾਰਟੀ ਵੱਲੋਂ ਅਸੀਂ ਸਾਡੀ ਜਿਹੜੀ ਆ ਕਮੇਟੀ ਆ ਕੋਰ ਕਮੇਟੀ ਆ ਪੰਜਾਬ ਦੀ ਬੜੀ ਸੀਰੀਅਸਲੀ ਡਿਸਕਸ਼ਨ ਕਰਾਂਗੇ ਬੜੀ ਜਲਦੀ ਮੀਟਿੰਗ ਬੁਲਾਵਾਂਗੇ ਜਿਹੜੇ ਨਤੀਜੇ ਆਏ ਨੇਗੇ ਡਿਸਕਸ ਕਰਕੇ ਜਿਹੜਾ ਕਿ ਪਾਰਟੀ ਅੱਗੇ ਵਧੂਗੀ ਜਿੱਥੇ ਇੱਥੇ ਘਾਟਾਂ ਰਹੀਆਂ ਗਰਾਊਂਡ ਲੈਵਲ 'ਤੇ ਪਾਰਟੀ 'ਚ ਕੀ ਘਾਟਾਂ ਰਹੀਆਂ ਨੇਗੀਆਂ ਕੈਂਡੀਡੇਟ ਤੋਂ ਕੀ ਘਾਟਾਂ ਰਹੀਆਂ ਸਾਰੀਆਂ ਨੂੰ ਡਿਸਕਸ਼ਨ ਕਰਕੇ ਸਾਰਿਆਂ ਦਾ ਮੁਲਾਂਕਣ ਕਰਕੇ ਜਿਹੜਾ ਹੈਗਾ ਅੱਗੇ ਮੈਂ ਸਮਝਦਾ ਬੜਾ ਜਲਦੀ ਵਧਾਂਗੇ ਅਤੇ ਜਿਸ ਤਰ੍ਹਾਂ ਦੇ ਨਾਲ ਜੋ ਵੋਟ ਸ਼ੇਅਰ ਨੂੰ ਲੈ ਕੇ ਸੀ ਉਹਨੂੰ ਲੈ ਕੇ ਕੋਈ ਹਜੇ ਤੁਹਾਨੂੰ ਦੇਖਿਆ ਵੀ ਕਿਤੇ ਵਧੀਆ ਪਾਰਟੀ ਦੀ ਵੋਟ ਕਿਉਂਕਿ ਹਾਰ ਅੱਗ ਚੀਜ਼ ਆ ਪਰ ਵੋਟ ਸ਼ੇਅਰ ਸਭ ਤੋਂ ਜ਼ਰੂਰੀ ਸੀ ਪਾਰਟੀ ਵਾਸਤੇ ਦੇਖੋ ਪਾਰਲੀਮੈਂਟ ਦੀ ਇਲੈਕਸ਼ਨ ਦੇ ਨਾਲ 2 ਜਿਹੜੀਆਂ ਸਾਡੀਆਂ ਵਿਧਾਨ ਸਭਾ ਇਲੈਕਸ਼ਨ ਉੱਥੇ ਕਾਫੀ ਗਰਾਬ ਵਧਿਆ ਹੈਗਾ ਪਰ ਲੇਕਿਨ ਅਲਟੀਮੇਟ ਰਿਜ਼ਲਟ ਜਿਹੜੇ ਨੇ ਬਿਲਕੁਲ ਅੱਛੇ ਨਹੀਂ ਆਏ ਹੈਗੇ ਪਰ ਆਮ ਆਦਮੀ ਪਾਰਟੀ ਦੀ ਸਮੁੱਚੀ ਕੋਰ ਕਮੇਟੀ ਸਮੁੱਚੇ MLA ਸਾਹਿਬਾਨ ਸਾਰੇ ਬੜੇ ਜਲਦੀ ਬੈਠ ਰਹੇ ਹਾਂ ਬੈਠ ਕੇ ਮੁਲਾਂਕਣ ਕਰਾਂਗੇ ਆਪਦਾ ਵਿਆਖਿਆ ਦੇਖਾਂਗੇ ਵੀ ਕਿੱਥੇ ਕਿੱਥੇ ਸਾਡੀਆਂ ਘਾਟਾਂ ਰਹੀਆਂ ਨੇ ਕਿੱਥੇ ਕਿੱਥੇ ਸਭ ਤੋਂ ਘਾਟ ਰਹੀ ਆ ਲੋਕਾਂ ਨੇ ਕਿਉਂ ਨਹੀਂ ਸਾਨੂੰ ਜਿਹੜਾ ਆਊਟ ਕੀਤਾ ਪਰ ਫਿਰ ਵੀ ਜਿਹਨਾਂ ਲੋਕਾਂ ਨੇ ਸਾਨੂੰ ਵੋਟ ਪਾਈ ਸਭ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਪਰ ਅਸੀਂ ਬੜਾ ਜਲਦੀ ਮੁਲਾਂਕਣ ਕਰਾਂਗੇ ਅਤੇ ਜ਼ਿੰਮੇਵਾਰੀ ਹਾਰ ਨੂੰ ਲੈ ਕੇ ਜਿਵੇਂ ਭਗਵੰਤ ਮਾਨ ਕਹਿੰਦੇ ਸੀਗੇ ਕਿ ਉਹ ਮੀਟਿੰਗ ਤੋਂ ਬਾਅਦ ਲੈਤੀ ਜਾਊਗੀ ਜਾਂ ਲੈ ਚੁੱਕੇ ਹੈਗੇ ਨੇ ਦੇਖੋ ਜ਼ਿੰਮੇਵਾਰੀ ਕੀ ਹੋਣੀ ਆ ਕੀ ਨਹੀਂ ਹੋਣਾ ਸਾਰਾ ਕੁਝ ਜਿਹੜਾ ਹੈਗਾ ਆਫਟਰ ਜਿਹੜੀ ਹੈਗੀ ਸਾਡੀ ਮੀਟਿੰਗ ਤੋਂ ਬਾਅਦ ਹੀ ਅਸੀਂ ਤੁਹਾਨੂੰ ਦੱਸਾਂਗੇ